ਸਾਈਆਂ ਵਿਖੇ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕੀਤਾ ਗਿਆ। ਇਸ ਮੌਕੇ ਤੇ ਭਗਵਾਨ ਸ਼ਿਵ ਦਾ ਪੂਜਨ ਕੀਤਾ ਗਿਆ ਅਤੇ ਆਰਤੀ ਉਤਾਰੀ ਗਈ। ਇਸ ਪੂਜਨ 'ਚ ਸ਼ਾਮਿਲ ਲੋਕਾਂ ਨੇ ਭਗਵਾਨ ਸ਼ਿਵ ਪਾਸੋਂ ਸੁੱਖ ਸ਼ਾਂਤੀ, ਸਫਲਤਾ ਅਤੇ ਪਰਿਵਾਰ ਦੇ ਮੰਗਲ ਦੀ ਕਾਮਨਾ ਕੀਤੀ। ਹੇਮਰਾਜ ਹਾਂਡਾ, ਸੰਜੇ ਅਰੋੜਾ ਸਮੇਤ ਕਈ ਲੋਕ ਮੌਜੂਦ ਸਨ। तक 41 दिन पूरे हो जाएंगे। जन्माष्टमी के दिन यहाँ पर सुबह रुद्राभिषेक होगा, उसके बाद गोपाल ठाकुर जी का स्नान होगा और श्रृंगार होगा। आप लोगों से सभी से निवेदन है कि इसमें आकर ठाकुर जी का आशीर्वाद प्राप्त करें।